ਪੰਜਾਬ ਦੇ ਨਾਲ ਲਗਾਤਾਰ ਬੇਰੁਖੀਆਂ ਹੋ ਰਹੀਆਂ ਨੇ ਤੇ ਜਿਹੜੀ ਨਵੀਂ ਬੇਰੁਖੀ ਇਹ ਆ ਕਿ ਜਿਹੜੀ ਪੰਜਾਬ ਦੀ ਬਾਸਮਤੀ ਵਿਦੇਸ਼ਾਂ ਵਿੱਚ ਜਾਂਦੀ ਹੈ ਇਸ ਵਾਰ ਨਹੀਂ ਜਾਏਗੀ ਮਤਲਬ ਵਿਦੇਸ਼ਾਂ 'ਚ ਪੰਜਾਬ ਦੀ ਬਾਸਮਤੀ ਦਾ ਨੰਦ ਨਹੀਂ ਮੰਨਿਆ ਜਾਊਗਾ ਮਤਲਬ ਬਾਸਮਤੀ ਦੀ ਖੁਸ਼ਬੂ ਨਹੀਂ ਪਹੁੰਚੇਗੀ ਵਿਦੇਸ਼ਾਂ ਦੇ ਵਿੱਚ ਜਿਸ ਕਰਕੇ ਪੰਜਾਬ ਦੇ ਜਿਹੜੇ ਬ੍ਰਾਂਧਕਾਰ ਨੇ ਉਹ ਦੁਖੀ ਨੇ ਤੇ ਜਿਹੜੀ ਪੰਜਾਬ ਦੇ ਮੁੱਖ ਮੰਤਰੀ ਨੇ ਪ੍ਰੋਗਰਾਮ ਤੈਅ ਕੀਤਾ ਜਿਹਦੇ 'ਚ ਅਰਵਿੰਦ ਕੇਜਰੀਵਾਲ ਵੀ ਪਹੁੰਚੇ ਹੋਏ ਨੇ ਸਨਤਕਾਰਾਂ ਦੀ ਮੀਟਿੰਗ ਦੇ ਵਿੱਚ ਇਹ ਮੁੱਦਾ ਵੀ ਉੱਠ ਸਕਦਾ ਕਿਉਂਕਿ ਦੋਨੇ ਮੁੱਖ ਮੰਤਰੀ ਪੰਜਾਬ ਦੇ ਉਦਯੋਗਪਤੀਆਂ ਦੇ ਨਾਲ ਗੱਲਬਾਤ ਕਰ ਰਹੇ ਨੇ ਹੁਣ ਸਵਾਲ ਕੀ ਆ ਮਸਲਾ ਕਿ ਜਿਹੜੇ ਇਸ ਵਾਰ ਪੰਜਾਬ ਦੀ ਜਿਹੜੀ ਬਾਸਮਤੀ ਜਿਹੜੀ ਚੌਲ ਆ ਉਹ ਵਿਦੇਸ਼ਾਂ ਵਿੱਚ ਨਹੀਂ ਜਾਏਗੀ ਇਸ ਦਾ ਵੱਡਾ ਕਾਰਨ ਇਹ ਕਿ ਭਾਰਤ ਸਰਕਾਰ ਨੇ ਇਸ ਵਾਰ ਬਾਸਮਤੀ ਚੌਲਾਂ ਦਾ ਜਿਹੜਾ ਬ੍ਰਾਹਮੜ ਮੁੱਲ ਆ ਉਹ 1200 ਡਾਲਰ ਪ੍ਰਤੀ ਟਨ ਨਿਸ਼ਚਿਤ ਕਰ ਦਿੱਤਾ ਹੈ ਜਦੋਂ ਕਿ ਪੰਜਾਬ ਵਿੱਚੋਂ ਬ੍ਰਾਹਮੜ ਕੀਤੀ ਗਈ ਜਾਂਦੀ ਜਿਹੜੀ ਬਾਸਮਤੀ ਦਾ ਜਿਹੜਾ ਮੁੱਲ ਆ ਉਹ 900 ਰੁਪਏ ਤੋਂ ਲੈ ਕੇ 950 ਡਾਲਰ ਪ੍ਰਤੀ ਟਨ ਇਸਟਾਬਲ ਵਿੱਚ ਹੋਏ ਵਿਸ਼ਵ ਫੂਡ ਦੌਰਾਨ ਪੰਜਾਬ ਦੇ ਬਾਸਮਤੀ ਜਿਹੜੇ ਬਰਾਮਦ ਕਰਨ ਨੂੰ ਇੱਕ ਵੀ ਆਰਡਰ ਨਹੀਂ ਮਿਲਿਆ ਇਸ ਦੇ ਨਤੀਜੇ ਵਜੋਂ ਪੰਜਾਬ ਵਿੱਚੋਂ ਬਾਸਮਤੀ ਦੀ ਜਿਹੜੀ ਬਰਾਮਦ ਆ ਉਹ ਪ੍ਰਭਾਵਿਤ ਹੋਏਗੀ ਪੰਜਾਬ ਦੇ ਜਿਹੜੇ ਬਰਾਮਦ ਕਰਨ ਵਿੱਚ ਨਿਰਾਸ਼ਾ ਤੇ ਸੂਬੇ ਵਿੱਚ ਬਾਸਮਤੀ ਦੇਣੇ ਕੀਮਤਾਂ ਉਹ ਵੀ ਡਿੱਗ ਸਕਦੀਆਂ ਨੇ ਤੇ ਆਖਰਕੇ ਜਿਹੜਾ ਖਮਿਆਜਾ ਬਉ ਬਾਸਮਤੀ ਉਤਪਾਦਕਾਂ ਨੂੰ ਹੀ ਭੁਗਤਣਾ ਪਏਗਾ ਇਹ ਖਦਸ਼ਾ ਉਧਰਾਮਾਦੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਨੇ ਉਹ ਅੰਮ੍ਰਿਤਸਰ ਜਲੰਧਰ ਵਿਖੇ ਪੰਜਾਬ ਦੇ ਉਦਯੋਗਪੱਤੀਆਂ ਦੇ ਨਾਲ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਹੋਇਆ ਉਹਨਾਂ ਨੇ ਸਰਕਾਰ ਸਨਤਕਾਰ ਮਿਲਣੀ ਇਹਦੇ ਚ ਹੁਣ ਇਹ ਜਿਹੜਾ ਬਰੰਧਕਾਰ ਨੇ ਇਹ ਮੁੱਦਾ ਉਠਾ ਸਕਦੇ ਨਹੀਂ ਕਿਉਂਕਿ ਸੂਬੇ ਵਿੱਚ ਬਾਸਮਤੀ ਦੇ ਭਾ ਡਿੱਗਣ ਦਾ ਖਦਸ਼ਾ ਪ੍ਰੀਮੀਅਮ ਚੌਲ ਬਰਾਮਦਕਰ ਆਖਦੇ ਨੇ ਕਿ ਪੰਜਾਬ ਚੋਂ ਬਾਸਮਤੀ ਜਿਹੜੀ ਬਰਾਮਦ ਦੇ ਨਵੇਂ ਆਰਡਰ ਮਿਲਣੇ ਦੇ ਦੌਰ ਦੀ ਗੱਲ ਹੁਣ ਤੇ ਪੁਰਾਣੇ ਜਿਹੜੇ ਆਰਡਰ ਨੇ ਉਹ ਵੀ ਰੱਦ ਹੋ ਰਹੇ ਨੇ ਖਟਾਈ ਵਿੱਚ ਪੈਣ ਚ ਖਤਰਾ ਬਣ ਗਿਆ ਆਮ ਤੌਰ ਤੇ ਵਿਸ਼ਵ ਫੂਡ ਵਿੱਚ ਉੱਤਰੀ ਭਾਰਤ ਦੇ ਬਰਾਮਦਕਾਰਾਂ ਨੂੰ ਬਾਸਮਤੀ ਦੇ ਵੱਡੇ ਵੱਡੇ ਆਰਡਰ ਮਿਲਦੇ ਰਹੇ ਨੇ ਪਰ ਉਹ ਇਸ ਵਾਰ ਬਾਸਮਤੀ ਚੌਲਾਂ ਦਾ ਬਰਾਮਦ ਮੁੱਲ 1200 ਡਾਲਰ ਪ੍ਰਤੀ ਟਨ ਹੋਣ ਕਰਕੇ ਕੋਈ ਵੀ ਆਰਡਰ ਨਹੀਂ ਮਿਲਿਆ ਤੇ ਬਾਸਮਤੀ ਦੇ ਜ਼ਿਆਦਾਤਰ ਖਰੀਦਦਾ ਦੂਸਰੇ ਮੁਲਕਾਂ ਦੀ ਬਾਸਮਤੀ ਨੂੰ ਹੀ ਤਰਜੀਹ ਦੇਂਦੇ ਰੌਮ ਵਿਚਨ ਉਸੇ ਦੌਰਾਨ 올 ਇੰਡੀਆ ਰਾਈਸ ਐਕਸਪੋਰਟਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਵਿਜੇ ਕੁਮਾਰ ਸੀਤਿਆ ਕੀ ਕਹਿੰਦੇ ਨੇ ਉਹ ਕਹਿੰਦੇ ਕਿ ਜਿਨ੍ਹਾਂ ਬਰਬਦਕਰਾਂ ਨੇ ਚੌਲਾਂ ਦੇ ਭੰਡਾਰ ਕੀਤਾ ਹੋਇਆ ਉਹ ਕਾਫੀ ਪਰੇਸ਼ਾਨ ਨੇ ਉਹਨੇ ਇਹ ਵੀ ਦੱਸਿਆ ਕਿ ਖਰੀਦਦਾਰਾਂ ਵੱਲੋਂ ਪਾਕਿਸਤਾਨੀ ਬਾਸਮਤੀ ਅਮਰੀਕਨ ਕੈਲਰੋਜ਼ ਸੌਲ ਆਸਟ੍ਰੇਲੀਅਨ ਕੈਲਰੋਜ਼ ਅਤੇ ਹੋਰ ਨਾਂ ਜਿਹੜੇ ਵਿਕਲਪ ਨੇ ਬਦਲਨੇ ਉਹਨਾਂ ਨੂੰ ਖਰੀਦਣ ਵਿੱਚ ਰੁਚੀ ਦਿਖਾਈ ਗਈ ਹੈ ਔਰ ਇਹ ਵੀ ਕਿ ਫਿਰੋਜ਼ਪੁਰ ਦੇ ਇੱਕ ਚੋਲ ਬਰਾਮਦਕਰ ਰঞ্জੀਤ ਸਿੰਘ ਜੋਸ਼ਨ ਵੀ ਦੱਸਦੇ ਨੇ ਕਿ ਸੌਰੀ ਅਰਬ ਤੇ ਇਰਾਕ ਤੋਂ ਉਹਨਾਂ ਦੇ ਬਾਸਮਤੀ ਦੇ ਜਿਹੜੇ ਬਰਾਮਦੇ ਆਰਡਰ ਰੱਦ ਕਰ ਦਿੱਤੇ ਗਏ ਨੇ ਇਹ ਆਰਡਰ ਪ੍ਰਤੀ ਟਨ 1060 1080 ਡਾਲਰ ਦੇ ਸਨ ਉਹਨਾਂ ਨੇ ਕਿਹਾ ਕਿ ਬਰਾਮਦਕਰ ਤਾਂ ਉੱਚ ਕੀਮਤਾਂ ਦੇ ਬਾਸਮਤੀ ਭੇਜ ਸਕਦੇ ਨੇ ਪਰ ਕੋਈ ਵੀ ਖਰੀਦਕਾਰ ਉਹ ਵਾਧੂ ਭੁਗਤਾਨ ਕਰਨ ਲਈ ਤਿਆਰ ਨਹੀਂ ਆ ਪੰਜਾਬੀ ਟਰਬਿਨ ਦੇ ਸੀਨੀਅਰ ਪੱਤਰਕਾਰ ਚਰਨਜੀਤ ਭੁੱਲਰ ਉਹਨਾਂ ਦੀ ਖਬਰ ਇਹ ਵੀ ਕਹਿ ਰਹੀ ਆ ਕਿ ਭਾਰਤ ਸਰਕਾਰ ਨੇ ਘਰੇਲੂ ਚੌਲਾਂ ਦੀਆਂ ਕੀਮਤਾਂ ਨੂੰ ਕਾਬੂ ਰੱਖਣ ਵਾਸਤੇ 15 ਅਕਤੂਬਰ ਨੂੰ ਬਾਸਮਤੀ ਚੌਲਾਂ ਦਾ ਜਿਹੜਾ ਬਰਾਮਦ ਮੁੱਲ ਆ ਉਹ 1200 ਡਾਲਰ ਪ੍ਰਤੀ ਟਨ ਤੈਅ ਕੀਤਾ ਸੀ ਪਰ ਪਤਾ ਲੱਗਾ ਕਿ ਖੇਤੀਬਾੜੀ ਵਿਭਾਗ ਮੰਤਰਾਲੇ ਵੱਲੋਂ ਗਠਿਤ ਕੀਤੀ ਗਈ ਕਮੇਟੀ ਐਤਵਾਰ ਨੂੰ ਪੰਜਾਬ ਦੇ ਬਰਮਦਕਰਾਂ ਨਾਲ ਮੀਟਿੰਗ ਵੀ ਕਰ ਸਕਦੀ ਹੈ ਚੌਲ ਬਰਮਦਕਾਰ ਅਰਵਿੰਦਰ ਪਾਲ ਸਿੰਘ ਕੀ ਕਹਿੰਦੇ ਨੇ ਕਿ ਵਿਦੇਸ਼ੀ ਖਰੀਦਕਾਰ ਤਾਂ ਪਹਿਲਾਂ ਹੀ ਡਿਲੀਵਰ ਕੀਤੇ ਗਏ ਆਰਡਰਾਂ ਦਾ ਭੁਗਤਾਨ ਕਰਨ ਤੋਂ ਪਾਸਾ ਵੱਟ ਰਹੇ ਹਨ ਪਾਰ ਸਰਕਾਰ ਦੇ 15 ਅਕਤੂਬਰ ਦੇ ਹੁਕਮ ਪੰਜਾਬ ਵਿੱਚ ਬਾਸਮਤੀ ਨੂੰ ਢਾਹ ਲਾਉਣ ਵਾਲੇ ਹਨ ਤੇ ਲੰਘੇਵਰੇ ਦੇਸ਼ ਭਰ ਵਿੱਚ ਬਰਮਦ ਹੋਈ ਬਾਸਮਤੀ ਚ 33% ਦੀ ਹਿੱਸੇਦਾਰੀ ਜਿਹੜੀ ਸੀ ਉਹ ਕੱਲੇ ਪੰਜਾਬ ਦੀ ਸੀ ਈਸਵਰ ਬਾਸਮਤੀ ਹੀਟਲਾ ਰਕਬਾ ਪਿਛਲੇ ਬਰੇ ਜਿਹੜਾ ਈਸਵਾਰ ਜਿਹੜਾ ਰਕਬਾ ਵਾ ਉਹ 6 ਲੱਖ ਹੈਕਟੇਰ ਸੀ ਜੋ ਪਿਛਲੇ ਬਰੇ 4.92 ਲੱਖ ਹੈਕਟੇਰ ਸੀ ਉਧਰ ਮਾਝੇ ਦੇ ਖਰੀਦਕਦਾਰ ਕੇਂਦਰਾਂ ਵਿੱਚ ਦੋ ਦਿਨਾਂ ਮਗਰੋਂ ਬਾਸਮਤੀ ਆਉਣੀ ਸ਼ੁਰੂ ਹੋ ਜਾਵੇਗੀ ਤੇ ਬ੍ਰਾਂਧਕਰ ਆਖਦੇ ਨੇ ਕਿ ਪਿਛਲੇ ਸਾਲ ਕਿਸਾਨਾਂ ਨੂੰ ਜਿਹੜਾ ਬਾਸਮਤੀ ਦਾ ਮੁੱਲ ਆ ਉਹ 4000 ਰੁਪਏ ਪ੍ਰਤੀ ਕਵੰਟਰ ਤੱਕ ਮਿਲ ਗਿਆ ਸੀ ਪਰ ਮੌਜੂਦਾ ਹਾਲਾਤ ਵਿੱਚ ਕਿਸਾਨਾਂ ਨੂੰ ਬਾਸਮਤ ਦਾ ਉੱਚਾ ਭਾ ਮਿਲਣ ਦੀ ਸਭਾਵਨਾ ਘਟਾ ਹੁਣ ਦੇਖਦੇ ਹਾਂਗੇ ਇਸ ਮਸਲੇ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਅਤੇ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਉਹ ਇਸ ਮਸਲੇ ਦੇ ਵਿੱਚ ਕੀ ਸਟੈਂਡ ਸਪਸ਼ਟ ਕਰਦੇ ਨੇ ਤੇ ਸੈਂਟਰ ਸਰਕਾਰ ਦੇ ਨਾਲ ਕਦੋਂ ਰਾਬਤਾ قائم ਕਰਨਗੇ ਉਹਤੇ ਕਿਸਾਨ ਜਿਹੜੇ ਸੰਤਕਾਰਾਂ ਦੇ ਨਾਲ ਮਿਲਣੀ ਵੀ ਅਰਵਿੰਦ ਕੇਜਰੀਵਾਲ ਭਗਵੰਤਮਾ ਦੇ ਉਥੇ ਵੀ ਭਰੋਸਾ ਦਿੱਤਾ ਜਾ ਸਕਦਾ ਹਾਲਾਂਕਿ ਇਸ ਮੁੱਦੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਭੀਤ ਸਿੰਘ ਬਾਦਲ ਹੋਣਾ ਨੇ ਵੀ ਸੈਂਟਰ ਸਰਕਾਰ ਨੂੰ ਚਿੱਠੀ ਲਿਖੀ ਸੀ ਲੇਕਿਨ ਹਾਲੇ ਤੱਕ ਉਸ ਚਿੱਠੀ ਦਾ ਕੋਈ ਅਸਰ ਨਹੀਂ ਹੋਇਆ ਤੇ ਨਾ ਹੀ ਪੰਜਾਬ ਸਰਕਾਰ ਵੱਲੋਂ ਕੀਤੀਆਂ ਗਿਆ ਮੀਟਿੰਗਾਂ ਦਾ ਕੋਈ ਅਸਰ ਹੋਇਆ ਜਿਸ ਕਰਕੇ ਜਿੱਥੇ ਪੰਜਾਬ ਦੇ ਬਰਾਮਦਕਰ ਜਿਹੜੇ ਬਾਸਪਤੀ ਦਾ ਕੰਮ ਕਰਦੇ ਨੇ ਉਹ ਵੀ ਨਿਰਾਸ਼ਾ ਦੇ ਵਿੱਚ ਨੇ ਤੇ ਦੂਜਾ ਕਿਸਾਨਾਂ ਨੂੰ ਇਸ ਵਾਰ ਜਿਹੜਾ ਪਿਛਲੇ ਸਾਲ 4000 ਰੁਪਏ ਪ੍ਰਤੀ ਕਵੰਟਲ ਭਾਅ ਮਿਲਿਆ ਸੀ ਉਹ ਵੀ ਘਟਣ ਦੀ ਸੁਭਾਵਨਾ ਵਾ ਫਿਲਹਾਲ ਇਸ ਜਾਣਕਾਰੀ ਦਿਨ ਤੁਹਾਡੇ ਤੋਂ ਲੈਨੇ ਆ ਗਿਆ ਪਰ ਤੁਸੀਂ ਇਸੇ ਤਰ੍ਹਾਂ ਦੇਖਦੇ ਰਹੋ ABC ਪੰਜਾਬ ਧੰਨਵਾਦ